ਕਿਹੜਾ ਕੰਟਰੀ ਹੈ? ਪਾਕਿਸਤਾਨ। ਪਾਕਿਸਤਾਨ ਹੈ ਤੇ ਕਿਹੜਾ ਸ਼ਹਿਰ ਹੈ? ਲਾਹੌਰ। ਅੱਛਾ ਤੁਸੀਂ ਖਾਲੀ ਇਹਨਾਂ ਨੇ ਖਾਣ ਪੀਣ ਤੇ ਟਰਖਾ ਦਿੱਤਾ ਹੈ ਜਾਂ ਕੁਝ ਹੋਰ ਵੀ ਰਿਹਾ? ਇਸ਼ਾਰਾ ਕਰ ਦਿੰਦਾ ਉਹ ਇਹਨਾਂ ਕੋਲ ਪੈਸੇ ਲੈਣੇ। ਸਾਡੇ ਇੱਥੇ ਲੋਕ ਕਹਿੰਦੇ ਨੇ ਮਹਿੰਗਾਈ ਬੜੀ ਹੋ ਗਈ ਹੈ। ਨਹੀਂ, ਇੰਡੀਆ ਨਾਲ ਬਹੁਤ ਘੱਟ ਹੈ। ਭਾਈ ਯਾਰੀ ਗੱਲਾਂ ਤੇ ਬੜੀਆਂ ਸੋਹਣੀਆਂ ਕਰਦੇ ਪਏ ਨੇ ਭਾਈ। ਨਹੀਂ 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 ਭਾਈ, ਕਿਉਂਕਿ ਇਹ ਹੁਣ ਪਾਕਿਸਤਾਨ ਦੀ ਸਟੈਂਪ ਲੱਗ ਗਈ ਹੈ ਤੇ ਤੁਸੀਂ ਨਾਲ ਲੈ ਕੇ ਆਇਓ। ਸਟੈਂਪ ਲੱਗਣ ਨਾਲ ਕਿਸੇ ਦਾ ਕਰੈਕਟਰ ਫਾਈਂਡ ਆਊਟ ਨਹੀਂ ਕਰ ਸਕਦੇ। ਬੱਚੇ ਨੂੰ ਪਤਾ ਲੱਗਾ ਲੋਕੀ ਕਿਸ ਤਰ੍ਹਾਂ ਦੇ ਨੇ, ਪਿਆਰ ਕਿਸ ਤਰ੍ਹਾਂ ਹੁੰਦਾ ਹੈ। ਇਹ ਤੇ ਫਿਊਚਰ ਇਹਨਾਂ ਦਾ ਹੁਣ ਸਿਕਿਓਰ ਹੋਇਆ ਜੇ। ਅਸੀਂ ਖਿਦਮਤ ਕਹਿੰਦੇ ਜਿਹੜਾ ਸੋਸ਼ਲ ਅਲਰਟ ਇਹਨੀ ਸੋਹਣੀ ਕਵਰਿੰਗ ਕਰ ਰਿਹਾ। ਜਿਹੜਾ ਬਟਵਾਰਾ ਹੋਇਆ ਨਾ, ਇੰਡੀਆ ਦਾ ਨਹੀਂ ਹੋਇਆ, ਪੰਜਾਬ ਦਾ ਹੋਇਆ। अस्सलाम वालेकुम, मैं हूं वकास हैदर और आप देख रहे हैं सोशल अलर्ट। मैं इस वक्त मौजूद हूं दिल्ली गेट में और यहां पे इंडिया से आए कुछ मेहमानों से बातचीत करते हैं जो कि यहां पे शॉपिंग कर रहे हैं, लेकिन अभी ये इस वक्त कुछ खाने के लिए आए हैं। आए इनसे बातचीत करते हैं। सत श्री अकाल सरदार जी। सत श्री अकाल जी। भाजी की हाल है? दुआ है जी। अच्छा जी, बहुत शानदार चल रहा है जी प्रोग्राम लाहौर च। ते कितने दिन हो गए ने तुहानू पाकिस्तान? अज साडा 9वां दिन है। अच्छा, ते कल 10वां दिन है। असि कल इंडिया वापस जाना है। ਠੀਕ ਹੈ। ਹਾਂਜੀ, ਤੇ ਕੀ ਡਿਫਰੈਂਸ ਕੀ? ਪਹਿਲੀ ਫਸਟ ਟਾਈਮ ਆਏ ਹੋ ਤੁਸੀਂ ਇੱਥੇ? ਪੂਰੀ ਫੈਮਿਲੀ ਹੈ ਸਾਡੀ, ਇਹ ਸਾਰੇ ਖੜੇ ਹੈ। ਮੇਰੇ ਦੋ ਬੱਚੇ ਨੇ, ਮੇਰੀ ਵਾਈਫ ਹੈ। ਪੇਰੈਂਟਸ ਮੇਰੇ ਇੰਡੀਆ ਹਲੇ ਹੈਗੇ ਨੇ, ਉੱਥੇ ਉਹ ਆ ਚੁੱਕੇ ਨੇ ਪਹਿਲੇ। ਉਹਨਾਂ ਨੇ ਜ਼ਰੂਰ ਸਾਨੂੰ ਕਿਹਾ ਤੁਹਾਡਾ ਵੀਜ਼ਾ ਲੱਗ ਗਿਆ, ਤੁਸੀਂ ਜ਼ਰੂਰ ਜਾਓ। ਠੀਕ ਹੋ ਗਿਆ। ਤੇ ਅਸੀਂ ਫਸਟ ਟਾਈਮ ਆਏ ਹਾਂ। ਮੈਂ ਜਦੋਂ 1.5 ਸਾਲ ਦਾ ਸੀ ਤਾਂ ਪੇਰੈਂਟਸ ਨਾਲ ਆਇਆ ਸੀ, ਮਤਲਬ ਹੋਸ਼ 'ਚ ਨਹੀਂ ਸੀਗਾ। ਠੀਕ ਹੋ ਗਿਆ। ਤੇ ਅੱਜ ਨਜ਼ਾਰਾ ਆ ਰਿਹਾ ਮੈਨੂੰ ਇੱਦਾਂ ਜਿੱਦਾਂ ਕਿ ਅਸਲੀ 'ਚ ਜਿਹੜਾ ਜੰਮ ਗਿਆ ਨਾ, ਕਹਿੰਦਾ ਲਾਹੌਰ ਨਹੀਂ ਆਇਆ ਜਿਹੜਾ ਜੰਮਿਆ ਹੀ ਨਹੀਂ। ਤੁਸੀਂ ਤਾਂ ਪਹਿਲੇ ਵੀ ਜੰਮ ਗਏ ਹੋ ਨਾ? ਨਹੀਂ, ਲੇਕਿਨ ਉਹ ਜੰਮਿਆ ਤਾਂ ਨਜ਼ਰ ਨਹੀਂ ਸੀ ਨਹੀਂ ਆਇਆ। ਅੱਛਾ, ਅੱਜ ਨਜ਼ਰ ਆ ਗਿਆ। ਬਹੁਤ ਅੱਛਾ ਲੱਗ ਰਿਹਾ ਇੱਥੇ ਆ ਕੇ। ਸਹੀ ਹੈ। ਤੇ ਕੀ ਕੀ ਚੀਜ਼ ਦਾ ਆਨੰਦ ਮਾਣੇ ਆ? ਕੀ ਕੀ ਸ਼ਹਿਰ ਪਸੰਦ ਆਈ ਹੈ ਕੋਈ ਸਾਨੂੰ ਦੱਸੋ। ਦਿੱਲੀ ਗੇਟ ਤੋਂ ਆਏ ਆ ਅੰਦਰ, ਇਹ ਚੂਨਾ ਮੰਡੀ ਹੈ ਸ਼ਾਇਦ। ਅੱਗੇ ਚੂਨਾ ਮੰਡੀ ਹੈ। ਚੂਨਾ ਮੰਡੀ ਅੱਗੇ ਹੈ। ਅਸੀਂ ਅੱਗੇ ਪੂਰਾ ਹੋ ਗਏ ਆਏ ਆ, ਗੁਰਦੁਆਰੇ ਵੀ ਹੋਏ ਆ। ਅੱਛਾ, ਤੇ ਲੰਡੇ ਬਾਜ਼ਾਰ ਵੀ ਹੋਏ ਆ, ਅਨਾਰਕਲੀ ਵੀ ਹੋਏ ਆ, ਤੇ ਇਹ ਅਲ ਮਸ਼ਹੂਰ ਜਿਹੜੇ ਹੈਗੇ ਨੇ ਗੋਲ ਗੱਪੇ, ਇਹ ਪਤਾਸ਼ੇ ਵਾਲੇ ਗੋਲ ਗੱਪੇ ਵਾਲੇ ਇੱਥੇ ਗੋਲ ਗੱਪੇ ਕਹਿੰਦੇ ਨੇ। ਮੈਂ ਕਿਹਾ ਨਜ਼ਾਰਾ ਆਇਆ ਤਾਂ ਫੇਰ ਖਾਣ ਆਇਆ, ਹੋਰ ਕੋਈ ਕਰਨ ਨਹੀਂ ਆਇਆ ਇੱਥੇ ਕੰਮ। ਤੁਸੀਂ ਪਹਿਲੇ ਖਾ ਕੇ ਗਏ ਹੋ ਤੇ ਫਿਰ ਦੁਬਾਰਾ ਆਇਓ? ਮੈਂ ਫੇਰ ਖਾ ਕੇ, ਅਸੀਂ ਕੱਲ ਵੀ ਖਾਧਾ ਸੀ ਤੇ ਪਰਸੋਂ ਮੇਰੇ ਕਿਸੇ ਨੇ ਤਾਰੀਫ ਕੀਤੀ, ਕੱਲ ਖਾ ਕੇ ਗਏ, ਅੱਜ ਫੇਰ ਆ ਗਏ ਖਾਣ। ਤੇ ਕੱਲ ਕੀ ਬਣੇਗਾ ਜਦੋਂ ਤੁਸੀਂ ਇੰਡੀਆ ਟੁਰ ਜਾਓਗੇ? ਅਸੀਂ ਯਾਦਾਂ ਨਾਲ ਰਵਾਂਗੇ ਤੇ ਸਵਾਦ ਲੈ ਕੇ ਜਾਵਾਂਗੇ, ਤੇ ਅਗਲੀ ਵਾਰ ਜਦੋਂ ਆਵਾਂਗੇ ਇੱਥੇ ਹੀ ਉਹ ਸਵਾਦ ਫੇਰ ਮੂੰਹ 'ਚ ਪਾ ਲਾਂਗੇ। ਰੈਸਿਪੀ ਪੁੱਛ ਲਓ, ਕੰਮ ਚੱਲ ਜਾਏਗਾ ਉੱਧਰ। ਜੇ ਰੈਸਿਪੀ ਪੁੱਛ ਕੇ ਹੱਥ ਦਾ ਕਮਾਲ ਆ ਜਾਏ ਨਾ, ਤੇ ਇਹ ਤੇ ਕਈ ਬੰਦੇ ਬਣਾਉਣ ਲੱਗ ਜਾਂਦੇ, ਅਮਰੀਕਾ ਕੈਨੇਡਾ ਚਲਾ ਜਾਏ, ਪਰ ਇਹਨਾਂ ਦੇ ਹੱਥ ਦਾ ਕਮਾਲ ਹੈ, ਇਸ ਕਰਕੇ ਅਸੀਂ ਇੱਥੇ ਹੀ ਆਉਣਾ। ਚਲੋ, ਪਿਆਰ ਕਿੱਥੋਂ ਲਵਾਂਗੇ ਫਿਰ? ਇਹ ਗੱਲ ਠੀਕ ਹੈ। ਤੇ ਇਹ ਇਹੀ ਚੀਜ਼ਾਂ ਖਿੱਚ ਕੇ ਲਿਆਉਣਗੇ ਤੇ ਬਾਬਾ ਜੀ ਖਿੱਚ ਕੇ ਲਿਆਉਣਗੇ ਤੁਹਾਨੂੰ? ਬਾਬਾ ਜੀ ਖਿੱਚ ਕੇ ਲਿਆਉਣਗੇ। ਇੱਥੇ ਇਹ ਤੁਹਾਡੇ ਅਲ ਮਸ਼ਹੂਰ ਜਿਹੜੇ ਹੈਗੇ ਨੇ ਮੌਲਵੀ ਗੋਲ ਗੱਪੇ ਵਾਲੇ ਨੇ, ਤੇ ਇਹ ਦਹੀਂ ਬੱਲੇ ਵਾਲੇ ਨੇ। ਇਹਨਾਂ ਦੋਵਾਂ ਨੇ ਸਾਨੂੰ ਕਮਾਲ ਕਰਾਤਾ ਸੀ। ਫਿਰ ਕਵਾਂਗੇ, ਫਿਰ ਆਈਏ ਤੇ ਇੱਥੇ ਫਿਰ ਆਈਏ ਰੋਜ਼ ਖਾ। ਨਜ਼ਾਰਾ ਆ ਗਿਆ। ਚਲੋ, ਭੈਣ ਜੀ ਵੀ ਨਾਲ ਆਏ ਨੇ, ਇਹਨਾਂ ਨਾਲ ਗੱਲਬਾਤ ਕਰਨੇ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਦੱਸੋ ਬਾਜੀ ਹਰੀ ਤੇ ਬੜੇ ਇੱਥੇ ਸ਼ੌਕੀਨ ਹੈਗੇ। ਅੱਗੇ ਜਾ ਕੇ ਨਾ ਉਹ ਛੋਲੇ ਭਟੂਰੇ ਵਾਲਾ ਵੀ ਹੈਗਾ ਪਾਰਕ ਤੇ। ਅੱਛਾ, ਅਸੀਂ ਉਹ ਵੀ ਖਾਵਾਂਗੇ। ਤੇ ਬਾਜੀ ਇਹ ਕੋਈ ਹੋਰ ਕੰਮ ਹੀ ਹੈ? ਮਹਾਰਾਜ, ਅਸੀਂ ਖਾਣ ਪੀਣ ਦੇ ਸ਼ੌਕੀਨ ਆ, ਖਾਵਾਂਗੇ ਥੋੜਾ ਥੋੜਾ, ਸਿਹਤ ਬਣਾ ਕੇ ਰੱਖਾਂਗੇ, ਪਰ ਖਾਵਾਂਗੇ ਸਭ ਕੁਝ। ਵੈਰੀ ਗੁੱਡ। ਤੇ ਇਹ ਜਿਹੜਾ ਸਵਾਦ, ਜਿਹੜਾ ਪੰਜਾਬ ਦਾ ਸਵਾਦ ਹੈ ਨਾ, ਇੱਥੇ ਦੇ ਪੰਜਾਬ ਦਾ ਸਵਾਦ, ਇਹ ਸਾਨੂੰ ਕੋਈ ਵੱਖਰਾ ਨਹੀਂ ਲੱਗ ਰਿਹਾ। ਇਹ ਸਗੋਂ ਸਾਨੂੰ ਹੋਰ ਪੱਕਾ ਕਰ ਰਿਹਾ ਕਿ ਅਸੀਂ ਆਪਣਿਆਂ ਵਿੱਚ ਹੀ ਬੈਠੇ ਹਾਂ, ਕਿਉਂਕਿ ਇਹ ਸਵਾਦ ਅਸੀਂ ਅੰਮ੍ਰਿਤਸਰ, ਦਿੱਲੀ ਵੀ ਇੱਥੇ ਇੱਦਾਂ ਹੀ ਖਾਂਦੇ ਹਾਂ, ਕਿਉਂਕਿ ਜਿਹੜਾ ਸਾਡਾ ਦਿੱਲੀ 'ਚ ਪੁਰਾਣੇ ਸਬਜ਼ੀ ਮੰਡੀ ਹੈ ਜਾਂ ਪੁਰਾਣਾ ਇਲਾਕਾ ਜਿਹੜਾ ਤਿਲਕ, ਉੱਥੇ ਤਿਲਕ ਬਾਜ਼ਾਰ ਹੋ ਗਿਆ ਜਾਂ ਚਾਂਦਨੀ ਚੌਂਕ ਹੋ ਗਿਆ, ਉੱਥੇ ਜਿਹੜਾ ਸਵਾਦ ਹੈ ਨਾ, ਸਾਨੂੰ ਲੱਗ ਰਿਹਾ ਕਿ ਯਾਰ ਅਸੀਂ ਉੱਥੇ ਵਾਪਸੀ ਆ ਗਏ ਹਾਂ, ਕੋਈ ਇਹੋ ਜਿਹਾ ਫਰਕ ਨਹੀਂ ਲੱਗ ਰਿਹਾ। ਅੱਛਾ, ਤੇ ਜਿਹੜਾ ਪਿਆਰ ਹੈ ਉਹ ਤੇ ਵੱਧ ਕੇ ਉੱਪਰ ਆ ਰਿਹਾ, ਮਤਲਬ ਉਮੜ ਉਮੜ ਕੇ ਆ ਰਿਹਾ। ਅੱਛਾ, ਤੁਸੀਂ ਖਾਲੀ ਇਹਨਾਂ ਨੇ ਖਾਣ ਪੀਣ ਤੇ ਟਰਖਾ ਦਿੱਤਾ ਜਾਂ ਕੁਝ ਹੋਰ ਵੀ ਰਿਹਾ? ਗੱਲ ਕਰ ਲਾਂ, ਗੱਲ ਮਾਈਕ ਨਹੀਂ ਦੇਣਾ ਹਾਲੇ। ਅਸੀਂ ਦੋ ਦੁਕਾਨਾਂ, ਤਿੰਨ ਦੁਕਾਨਾਂ ਤੇ ਜਾ ਰਹੇ ਸੀਗੇ, ਅਸੀਂ ਗਲਤੀ ਨਾਲ ਉਹਨਾਂ ਨੂੰ ਕਿਹਾ ਭਾਜੀ ਇਹ ਥੋੜਾ ਜਿਹਾ ਸਾਨੂੰ ਇੱਕ ਇੱਕ ਪੀਸ ਸਾਨੂੰ ਪ੍ਰਿੰਟ ਕਰ ਦਿਓ, ਉਹਨਾਂ ਨੇ ਕਿਹਾ ਸਾਨੂੰ ਇਹ ਚੀਜ਼ ਖਵਾ ਦਿਓ। ਉਹ ਮਾਈ ਸਾਡੇ ਕੋਲੋਂ ਪੈਸੇ ਹੀ ਨਹੀਂ ਲਿੱਤੇ ਉਹਨਾਂ ਨੇ, ਉਹ ਕਹਿੰਦੇ ਬਾਹਰ ਤੁਸੀਂ ਮਹਿਮਾਨ। ਮੈਂ ਕਿਹਾ ਭਾਜੀ ਅਸੀਂ ਜਾਣਾ ਹੀ ਨਹੀਂ, ਸਾਨੂੰ ਪੈਸੇ ਤੁਮ ਦੱਸੋ, ਮਤਲਬ ਇੰਨਾ ਪਿਆਰ ਕਰਦੇ ਪਏ ਨੇ, ਮੈਂ ਪੈਸੇ ਵੀ ਨਹੀਂ ਲੈਂਦੇ ਪਏ। ਸਹੀ। ਤੇ ਇਹ ਮਤਲਬ ਲੱਗ ਰਿਹਾ ਕਿ ਯਾਰ ਅਸੀਂ ਕਰਦੇ ਜਿਸ ਤਰ੍ਹਾਂ ਹੁੰਦੇ ਨਾ, ਨਹੀਂ ਮੇਰੇ ਘਰ ਦਾ ਬੰਦਾ ਇਹਦੇ ਕੋਲ ਪੈਸੇ ਨਹੀਂ ਲੈਣੇ, ਉਹ ਅਗਲੇ ਨੂੰ ਪਹਿਲੇ ਇਸ਼ਾਰਾ ਕਰ ਦਿੰਦਾ ਉਹ ਇਹਨਾਂ ਕੋਲੋਂ ਪੈਸੇ ਨਹੀਂ ਲੈਣੇ, ਤੇ ਅਸੀਂ ਤੇ ਸ਼ਰਮੋ ਸ਼ਰਮੀ ਆਪ ਹੀ ਲੱਗਦਾ ਯਾਰ ਨਾ ਖਾਈਏ, ਲੇਕਿਨ ਉਹ ਸਵਾਦ ਇੰਨੀ ਚੀਜ਼ ਖਾ ਕੇ ਜਾਣਾ ਪੈਂਦਾ, ਲੈ ਕੇ ਜਾਣਾ ਪੈਂਦਾ ਸਮਾਨ, ਗਿਫਟ ਖਰੀਦਿਆ ਕਿਸੇ ਵਾਸਤੇ ਉਹ। ਮੈਂ ਕਿਹਾ ਭਾਈ ਗਿਫਟ ਦੇਣਾ, ਕਹਿੰਦਾ ਨਹੀਂ ਭਾਜੀ ਅਸੀਂ ਪੈਸੇ ਨਹੀਂ ਲੈਣੇ। ਤੇ ਇੰਨਾ ਮਜ਼ਾ ਆ ਰਿਹਾ, ਮੈਂ ਕਿਹਾ
कि प्यार भी बन रहा है, नंबर भी एक्सचेंज हो रहे ने, ते ओ कह रहे ने असीं इंडिया जावांगे जदों तुहाडा फोन कॉन्टैक्ट, इत्थे सिम नहीं चलता, उत्ते गल्ले चलांगे आपां गल्लां बातां करांगे, ते इत्थे समान भी खरीद रहे हैं, रियायत भी अच्छी करदे ने, रेट भी कोई चोर बाजारी नहीं, कोई ऐसा नहीं लग रहा कि जिस तरह के सानू लगता है कि गलत रेट है, क्योंकि जो जायज है वही बोल रहे हैं। अच्छा तुसी नाल हो इसलिए मेरे ख्याल में इस वजह तो भी, क्योंकि जिहड़ी औरतां खरीदारी करदी है ना खवातीन, उन्हां दा तरीका थोड़ा डिफरेंट हुंदा है, जे कल्ले आए होंदे तो फिर शायद थोड़ी मुश्किल होंदी है ना। नहीं नहीं, इत्थे बार्गेनिंग करन दा ओही नहीं मिलदा, मौका ही नहीं मिल रहा, क्योंकि जायज पैसे दसदे ने, सानू लगदा है यार इत्थे बिल्कुल जायज दस रहे ने। अच्छा हां जी बिल्कुल, इंडिया नालों घट रेट है सर? बिल्कुल घट रेट है, पाकिस्तान च भी 100 रुपए दी लिती, पाकिस्तान करंसी च, मतलब डबल हुंदा है। सब तो ज्यादा असी चीजा दुनियावी गल्लां ने बहुत सारिया, असी चीजा खाने, चीजा पाने, असी अपने शौक वास्ते भी लैने, कोई ड्राई फ्रूट भी बड़ा लिता है, पर जड़ा उन्होंने प्यार दिता है ना, जड़ा जिस हिसाब नाल, क्योंकि अपने पान की जड़ी असी लोड़ बंदा करदा ना, दीवा बाल के लभदा अपना बंदा, इत्थे दीवा बालन की लोड़ नहीं, अपना बंदा आप प्यार दे रहा है। ठीक हो गया, ए चीज़ मिली है सानू इत्थों, बहुत शानदार मजा आ रहा लाहौर च आके, कमाल ही हो गया। जुत्ती अपने बड़ा दिल कड़िया, अपने बालां नूं लैके आए हो, गुरुद्वारे दर्शन कराने से ਸਾਡਾ ਬੜਾ ਮਨ ਸੀਗਾ। ਮੈਂ ਖੁਦ ਬਚਪਨ ਤੋਂ ਚਾਰੀ ਸੀ ਕਿ ਮੈਂ ਇੱਥੇ ਨਨਕਾਣਾ ਸਾਹਿਬ ਆਵਾਂ ਤੇ ਇੱਥੇ ਹੋਰ ਸਾਰੇ ਗੁਰਦੁਆਰੇ ਦੇਖਾਂ, ਲਾਹੌਰ ਦੇ ਵੀ। ਅੱਛਾ, ਲੇਕਿਨ ਵੇਖੋ ਸਾਡੇ ਜਿਹੜੇ ਉਧਰ ਦੇ ਲੋਕ ਨੇ, ਜਿਹੜੇ ਬੜੇ ਮੀਡੀਆ ਦੇ ਰਾਹੀਂ ਪਤਾ ਚੱਲਦਾ ਹੈ ਕਿ ਬੱਚੇ ਇਸ ਲਈ ਨਹੀਂ ਆਉਂਦੇ ਕਿ ਉਹਨਾਂ ਦਾ ਫਿਊਚਰ ਜਿਹੜਾ ਨਾ ਅਨਸਿਕਿਉਰ ਹੋ ਜਾਂਦਾ ਹੈ, ਕਿਉਂਕਿ ਇਹ ਹੁਣ ਪਾਕਿਸਤਾਨ ਦੀ ਸਟੈਂਪ ਲੱਗ ਗਈ ਹੈ, ਤੇ ਤੁਸੀਂ ਨਾਲ ਲੈ ਕੇ ਆਏ ਹੋ, ਡਰ ਨਹੀਂ ਲੱਗਾ? ਨਹੀਂ ਨਹੀਂ, ਅਸੀਂ ਇਹ ਗੁਰਦੁਆਰੇ ਦੇ ਬੇਸ ਤੇ ਲੈ ਕੇ ਆਏ ਆ, ਤੇ ਉੱਥੇ ਸਟੈਂਪ ਜਿੱਥੇ ਵੀ ਲੱਗੀ ਹੁੰਦੀ ਹੈ ਉਹ ਲਿਖਿਆ ਹੁੰਦਾ ਕਿ ਦਰਸ਼ਨ ਕਰਨ ਜਾ ਰਹੇ ਨੇ, ਤੇ ਐਸਾ ਕੁਝ ਨਹੀਂ ਹੈ। ਹੋਰ ਗੱਲ ਹੈ, ਹਾਂਜੀ, ਸਟੈਂਪ ਲੱਗਣ ਨਾਲ ਕਿਸੇ ਦਾ ਕਰੈਕਟਰ ਫਾਈਂਡ ਆਊਟ ਨਹੀਂ ਕਰ ਸਕਦੇ। ਤੁਸੀਂ ਇੰਨੇ ਸੋਹਣੇ ਹੋ, ਇੰਨੀਆਂ ਚੰਗੀਆਂ ਗੱਲਾਂ ਕਰਦੇ ਹੋ, ਕਰਮ ਵੀ ਚੰਗੇ ਕਰਦੇ ਕਿ ਨਹੀਂ ਕਰਦੇ ਉਹਦੇ 'ਤੇ ਡਿਪੈਂਡ ਕਰਦਾ। ਅਸੀਂ ਆਪਣੇ ਕਾਰੋਬਾਰ ਵਾਲੇ ਹਾਂ, ਅਸੀਂ ਨੌਕਰੀ ਵਾਲੇ ਹਾਂ, ਅਤੇ ਅਸੀਂ ਲੀਗਲ ਕੰਮ ਕਰਦੇ ਹਾਂ, ਇੱਥੇ ਆਉਂਦੇ ਹਾਂ, ਪਿਆਰ ਨਾਲ ਸਭ ਨੂੰ ਮਿਲ ਵਰਤਨ ਹੈ, ਕੋਈ ਐਸੀ ਗੱਲਬਾਤ ਨਹੀਂ ਜਿਹਦੇ ਨਾਲ ਕਿਸੇ ਨੂੰ ਹੱਤਕ ਹੋਵੇ ਜਾਂ ਕੋਈ ਕਿਸੇ ਨੂੰ ਨਾਰਾਜ਼ਗੀ ਹੋਵੇ, ਅਤੇ ਬੰਦਾ ਡਰ ਕਿਸ ਗੱਲ ਦਾ? ਜੇ ਸਾਨੂੰ ਪਹਿਲੇ ਕੈਨੇਡਾ ਅਮਰੀਕਾ ਦਾ ਵੀਜ਼ਾ ਲੱਗਾ ਹੋਵੇ ਅਤੇ ਅਸੀਂ ਇੱਥੇ ਆ ਜਾਈਏ, ਤਾਂ ਫਿਰ ਕੀ ਉਹਨਾਂ ਨੂੰ ਕੋਈ ਪਤਾ, ਕੋਈ ਪ੍ਰੋਬਲਮ ਹੋਏਗੀ? ਨਹੀਂ ਨਾ, ਤੇ ਇੱਥੇ ਲਗਾ ਕੇ ਅਸੀਂ ਫਿਰ ਵੀ ਕੈਨੇਡਾ ਅਮਰੀਕਾ ਦਾ ਵੀਜ਼ਾ ਲਗਾ ਸਕਦੇ ਹਾਂ, ਕੋਈ ਪ੍ਰੋਬਲਮ ਨਹੀਂ ਹੈ, ਕੋਈ ਫਿਊਚਰ ਪ੍ਰੋਬਲਮ ਨਹੀਂ ਹੈ, ਬੱਚਿਆਂ ਦੀ ਚੜ੍ਹਦੀ ਕਲਾ, ਬੱਚਿਆਂ ਨੇ ਇਹ ਜਗ੍ਹਾ ਦੇਖੀ ਹੈ, ਬੱਚਿਆਂ ਨੂੰ ਪਤਾ ਲੱਗਾ ਲੋਕ ਕਿਸ ਤਰ੍ਹਾਂ ਦੇ ਨੇ, ਪਿਆਰ ਕਿਸ ਤਰ੍ਹਾਂ ਹੁੰਦਾ ਹੈ। ਇਹ ਤੇ ਫਿਊਚਰ ਇਹਨਾਂ ਦਾ ਹੁਣ ਸਿਕਿਉਰ ਹੋਇਆ ਜੇ, ਬੱਲੇ ਹੈ ਨੀ, ਕੀ ਬਾਤ ਹੈ, ਤੇ ਅਸੀਂ ਉਸ ਜਗ੍ਹਾ ਤੇ ਆਨੇ ਆ ਜਿੱਥੇ ਆਪਣਾਪਣ ਨਜ਼ਰ ਆਵੇ। ਇਹ ਅਸੀਂ ਸੋਚਦੇ ਹਾਂ ਕਿ ਬੱਚਾ ਫੋਰਨ ਕੰਟਰੀ ਜਾਵੇ ਜਾਂ ਇਹੋ ਜਿਹੀ ਕੰਟਰੀ ਜਿੱਥੇ ਇੱਕ ਡਿਵੈਲਪਡ ਹੋਵੇ, ਅਮਰੀਕਾ, ਕੈਨੇਡਾ, ਲੰਡਨ, ਆਸਟ੍ਰੇਲੀਆ, ਤਾਂ ਉਹ ਉਹਦੇ ਨਾਲ ਸਿਕਿਉਰ ਹੋ ਗਿਆ। ਆਈ ਥਿੰਕ ਨੋ, ਤੁਸੀਂ ਦੇਖੋਗੇ ਆਪਣੇ ਬੱਚੇ ਤੁਹਾਡੇ ਉੱਥੇ ਜੇ ਗਏ ਨੇ ਤੇ ਕਿੰਨੇ ਪਤਿਤ ਨੇ, ਕਿੰਨੀਆਂ ਪ੍ਰੋਬਲਮਸ ਨੇ ਉਹਨਾਂ ਨੂੰ ਉੱਥੇ, ਤੇ ਕੋਈ ਫਿਊਚਰ ਸਿਕਿਉਰ ਨਹੀਂ, ਅਨਸਿਕਿਉਰ ਹੋ ਗਿਆ ਉਹਨਾਂ ਦਾ ਉੱਥੇ। ਪਰ ਜੇ ਸਾਡੇ ਨਾਲ ਨੇ ਸਾਡੇ ਬੱਚੇ ਪਿਆਰ ਵਾਲੀ ਜਗ੍ਹਾ ਤੇ ਨੇ, ਤੇ ਦੇ ਆਰ ਸਿਕਿਉਰਡ, ਮੋਸਟ ਸਿਕਿਉਰਡ, ਤੇ ਇਸ ਚੀਜ਼ ਨੂੰ ਨਾ ਸੋਚੋ ਤੁਸੀਂ, ਅਸੀਂ ਬਹੁਤ ਖੁਸ਼ ਹਾਂ, ਸਾਨੂੰ ਕੋਈ ਪਰਵਾਹ ਨਹੀਂ, ਅਸੀਂ ਉਹ ਕੀ ਕਿਹੜਾ ਦੇਣ ਕੇ ਕੰਟਰੀਆਂ ਵੀਜ਼ਾ। ਮੈਨੂੰ ਲੱਗਦਾ ਪਿਆ ਕਿ ਜਦੋਂ ਤੁਸੀਂ ਜਾਓਗੇ ਤੇ ਤੁਹਾਡੀ ਵਜ੍ਹਾ ਤੋਂ ਬੜੇ ਬੰਦੇ ਇੱਥੇ ਪਾਕਿਸਤਾਨ ਆਣਗੇ। ਅਸੀਂ ਮਹਾਰਾਜ ਉੱਥੇ ਇੰਨੀ ਪ੍ਰਚਾਰ ਕਰਤਾ ਹੈ ਉੱਥੇ, ਨਾਲ ਹੋਰ ਕਰਾਂਗੇ ਪਿਆਰ ਸਾਨੂੰ, ਕਿਉਂਕਿ ਜਿਹੜਾ ਬੰਦਾ ਲੈ ਕੇ ਆਇਆ ਨਾ ਸਾਨੂੰ ਇੱਥੇ, ਉਹ ਵੀ ਅਸੀਂ ਜਿਸ ਤਰ੍ਹਾਂ ਹੁਣ ਪ੍ਰਚਾਰ ਕਰਾਂਗੇ ਉਹ ਕਰ ਰਹੇ ਆ ਆਲਰੇਡੀ, ਕਿਉਂਕਿ ਸਾਨੂੰ ਪਿਆਰ ਇਕੱਲੇ ਨੂੰ ਨਹੀਂ ਮਿਲਿਆ, ਉਹ ਜਿਹੜਾ ਜਿਹੜਾ ਇੱਥੇ ਆਇਆ ਸਾਡੇ ਸਿੰਘ ਭਰਾ ਜਿਹੜੇ ਜਿਹੜੇ ਆਏ ਨੇ, ਸਭ ਨੂੰ ਪਿਆਰ ਮਿਲਿਆ। ਅਸੀਂ ਤੇ ਹਮੇਸ਼ਾ ਹੀ ਪਿਆਰ ਮੰਗਦੇ ਆ ਤੇ ਅਸੀਂ ਪਿਆਰ ਦਿੰਦੇ ਆ, ਤੇ ਜਿਹੜਾ ਮਿਲੇਗਾ ਤੇ ਅਸੀਂ ਆਪੇ ਖੁਸ਼ ਹੋਵਾਂਗੇ, ਕੋਈ ਐਸੀ ਗੱਲ ਨਹੀਂ, ਸਿਕਿਉਰ ਆ ਅਸੀਂ ਮਹਾਰਾਜ, ਬੜੇ ਖੁਸ਼ ਹੈ ਅਸੀਂ, ਅਸੀਂ ਚਾਹੁੰਦੇ ਹਾਂ ਕਿ ਅਸੀਂ ਹਮੇਸ਼ਾ ਨਾਲ ਰਹੀਏ,
ਠੀਕ ਹੋ ਗਿਆ ਜੀ ਸਿੱਖ ਮੁਸਲਿਮ ਭਾਈਚਾਰਾ ਅੱਗੇ ਵਧੇ ਇਧਰ ਆ ਪੁੱਤ ਹਾਂ ਫਿਰ ਬੱਚੇ ਕੀ ਨਾਮ ਹੈ ਪੁੱਤ ਦਾ ਸੁਬੇਕ ਸਿੰਘ ਸੁਬੇਕ ਸਿੰਘ ਤੇ ਕਿਹੜੀ ਕਲਾਸ ਚ ਪੜਦਾ ਸੁਬੇਕ ਸਿੰਘ 5th 5th ਕਲਾਸ ਚ ਪਾਕਿਸਤਾਨ ਆਣ ਦਾ ਦਿਲ ਕੀਤਾ ਜਾਂ ਬਾਪੂ ਚੁੱਕ ਲਿਆ ਦਿਲ ਕੀਤਾ ਸੀ ਤੇ ਕੀ ਕਿਦਾਂ ਦਾ ਲੱਗਾ ਪਾਕਿਸਤਾਨ ਬਹੁਤ ਵਧੀਆ ਕੀ ਵਧੀਆ ਕੀ ਸ਼ਹਿਰ ਹੈ ਇਹ ਸ਼ਹਿਰ ਵਧੀਆ ਲੱਗਾ ਲੋਕ ਇੱਥੋਂ ਦੇ ਬੜੇ ਵਧੀਆ ਨੇ ਤੇ ਗੁਰਦੁਆਰੇ ਆ ਕੇ ਵੀ ਮੈਨੂੰ ਬਹੁਤ ਚੰਗਾ ਲੱਗਿਆ ਅੱਛਾ ਇਹਦਾ ਮਤਲਬ ਹੈ ਜਿਹੜੀ ਤੂੰ ਪੰਜਾਬੀ ਬੋਲਣ ਦੇ ਆ ਨਾ ਮੈਨੂੰ ਲੱਗਦਾ ਕਿ ਤੂੰ ਹਿੰਦੀ ਜ਼ਿਆਦਾ ਬੋਲਣਾ ਇੰਜ ਹੀ ਹੈ ਹਾਂਜੀ ਉਹ ਦਿੱਲੀ 'ਚ ਸਿਰਫ ਹਿੰਦੀ ਚੱਲਦੀ ਹੈ ਤਾਂ ਹਿੰਦੀ ਬੋਲਣੀ ਅੱਛਾ ਚੱਲ ਕੋਈ ਗੱਲ ਨਹੀਂ ਤੇ ਮੈਂ ਫਿਰ ਹਿੰਦੀ 'ਚ ਆ ਜਾਈਆਂ ਸਾਡੇ ਇੱਥੇ ਉਰਦੂ ਬੋਲਦੇ ਨੇ ਹਿੰਦੀ ਤੇ ਉਰਦੂ ਅਲੱਗ ਅਲੱਗ ਦਾ ਨਾਂ ਨੇ ਲੇਕਿਨ ਜਦੋਂ ਬੋਲਾਂਗੇ ਤਾਂ ਸੇਮ ਹੋ ਜਾਏਗੀ ਤੇ ਪੰਜਾਬੀ 'ਚ ਠੀਕ ਜਾਂ ਹਿੰਦੀ 'ਚ ਪੰਜਾਬੀ ਚਲ ਠੀਕ ਹੈ ਵੈਰੀ ਗੁੱਡ ਤੇ ਹੁਣ ਪਾਕਿਸਤਾਨ ਆਉਂਦੇ ਰਹਿਣਾ ਕਿ ਬਸ ਆਖਰੀ ਫੇਰਾ ਸੀ ਜੇ ਵੀਜ਼ਾ ਲੱਗਿਆ ਤਾਂ ਜ਼ਰੂਰ ਆਵਾਂਗਾ ਅੱਛਾ ਤੇ ਕਿਹੜੀ ਸ਼ਾਇ ਵਧੀਆ ਲੱਗੀ ਕੀ ਖਾਦਾ ਹੈ ਅਸੀਂ ਇੱਥੋਂ ਦੇ ਗੋਲਗੱਪੇ ਖਾਦੇ ਨੇ ਦਹੀਂ ਭੱਲਾ ਖਾਦਾ ਉਹ ਤੋਂ ਲੱਡੂ ਉੱਥੇ ਮੈਨੂੰ ਲੱਗਦਾ ਜਿਨੀ ਸਿਹਤ ਹੈ ਸਿਰਫ ਖਾਦਾ ਹੀ ਹੈ ਨਹੀਂ ਨਹੀਂ ਇਹ ਤਾਂ ਨਹੀਂ ਹੈ ਲੱਸੀ ਵੀ ਪੀਤੀ ਹੈ ਜਾ ਕੇ ਸਪੈਸ਼ਲੀ ਗਵਾਲ ਮੰਡੀ ਮੈਨੂੰ ਭੇਜਿਆ ਜੇ ਲੱਸੀ ਪੀਣੀ ਹੈ ਮੈਂ ਕਿੱਥੋਂ ਲੱਸੀ ਪੀਤੀ ਗਵਾਲ ਮੰਡੀ ਜਾ ਕੇ ਗਵਾਲ ਮੰਡੀ ਹਾਂਜੀ ਦੱਸਿਆ ਗਵਾਲ ਮੰਡੀ ਦਾ ਮਹਾਰਾਜ ਪਤਾ ਨਹੀਂ ਯੂਟਿਊਬ ਤੇ ਦੇਖਦਾ ਯੂਟਿਊਬ ਅੱਛਾ ਗਵਾਲ ਮੰਡੀ ਦੀ ਲੱਸੀ ਜਿਹੜਾ ਲੱਸੀ ਵਾਲਾ ਵੀ ਹੈਗਾ ਇੱਕ ਜਿਹਦਾ ਲੱਸੀ ਵਾਲਾ ਉੱਥੇ ਵੀ ਹੋ ਗਿਆ ਹੈ ਜੇ ਉਹ ਮਾਈ ਮੁੱਕ ਗਈ ਜਦੋਂ ਅਸੀਂ ਪਹੁੰਚੇ ਉੱਥੇ ਮੁੱਕ ਹੀ ਗਈ ਸੀ ਉਹ 9 ਵਜੇ ਤੱਕ ਮੁੱਕ ਜਾਂਦੀ ਹੈ ਹਾਂ ਅਸੀਂ ਲੇਟ ਹੋ ਗਏ ਉੱਠੇ ਸੀ 10 ਵਜੇ ਸੀਗੇ ਚਲੋ ਕੋਈ ਨਹੀਂ ਅੱਜ 6 ਵਜੇ ਉੱਠ ਕੇ ਤੁਸੀਂ ਚਲੇ ਜਾਣਾ ਇਹ ਵੀ ਹੋ ਸਕਦਾ ਕੱਲ ਜਾ ਰਹੇ ਨੇ ਕੱਲ ਸਵੇਰੇ ਜਾਵਾਂਗੇ ਅਸੀਂ ਕੋਈ ਗੱਲ ਨਹੀਂ ਹਾਂ ਠੀਕ ਹੈ ਜੀ ਤੇ ਇਹ ਸਾਰਾ ਕੁਝ YouTube ਤੋਂ ਸਰਚ ਕੀਤਾ ਕਿਵੇਂ ਲੱਗਾ ਕਿ ਮਤਲਬ ਪਾਕਿਸਤਾਨ ਨੂੰ ਪਹਿਲਾਂ ਹੀ ਸਰਚ ਕਰਨਾ ਸ਼ੁਰੂ ਕਰ ਦਿੱਤਾ ਸੀ ਹਾਂ ਮੈਨੂੰ ਮਤਲਬ ਮੈਨੂੰ ਸੋਸ਼ਲੀ ਚੰਗਾ ਲੱਗਦਾ ਹੈ ਨੌਲੇਜ ਲੈਣਾ ਠੀਕ ਹੈ ਤੇ ਪਾਕਿਸਤਾਨ ਦੇ ਬਾਰੇ ਚ ਨੌਲੇਜ ਲੈਣਾ ਕਿ ਜਿੱਥੇ ਜਾਣਾ ਹਾਂ ਮੈਂ ਸੋਚਿਆ ਸੀ ਜਿੱਦਾਂ ਪਾਕਿਸਤਾਨ ਚ ਸਾਡੇ ਇੰਨੇ ਗੁਰਦੁਆਰੇ ਨੇ ਤਾਂ ਕੁਝ ਪਾਕਿਸਤਾਨ ਦਾ ਹੀ ਕੋਈ ਚੀਜ਼ਾਂ ਦੇ ਬਾਰੇ ਹਾਂ ਤੇ ਪਹਿਲੇ ਸਰਚਿੰਗ ਸ਼ੁਰੂ ਹੋ ਗਈ ਸੀ ਹਾਂਜੀ ਠੀਕ ਹੋ ਗਿਆ ਤੇ ਇਹ ਪੁੱਤ ਦਾ ਨਾਮ ਕੀ ਇਧਰ ਆਇਆ ਨਾ ਸਵੇਰ ਆ ਜਾ ਇਧਰ ਆ ਕੀ ਨਾਮ ਹੈ ਮੇਰੇ ਪੁੱਤ ਦਾ ਸੁਮੇਰ ਅੱਛਾ ਸੁਮੇਰ ਪੜ੍ਹਦਾ ਹੈ ਪੰਜਾਬੀ ਆਤੀ ਹੈ ਮੈਨੂੰ ਆਉਂਦੀ ਹੈ ਆਉਂਦੀ ਹੈ ਲਓ ਜੀ ਮੈਂ ਵੀ ਹੁਣ ਤਾਂ ਆਪਾਂ ਹਿੰਦੀ ਬੋਲਨੇ ਆ ਤੇ ਕਿੱਥੇ ਆਏ ਹੋ ਕਿਹੜੇ ਮੁਲਕ 'ਚ ਆਏ ਹੋ ਕਿੱਥੇ ਆਏ ਹੋ ਕਿਹੜੀ ਕੰਟਰੀ ਹੈ ਕਿਹੜਾ ਕੰਟਰੀ ਹੈ ਪਾਕਿਸਤਾਨ ਪਾਕਿਸਤਾਨ ਹੈ ਤੇ ਇਹ ਕਿਹੜਾ ਸ਼ਹਿਰ ਹੈ ਲਾਹੌਰ ਲਾਹੌਰ ਹੈ ਪਾਕਿਸਤਾਨ ਹੈ ਤੇ ਲਾਹੌਰ ਹੈ ਤੇ ਹੁਣ ਕਿੱਦਾਂ ਦਾ ਲੱਗਾ ਇੱਥੇ ਆ ਕੇ ਬਹੁਤ ਵਧੀਆ ਸਹੀ ਹੈ ਕੀ ਕੀ ਖਾਦਾ ਹੁਣੇ ਤਾਂ ਸਭ ਕੁਝ ਖਾ ਲੈਤੇ ਥਾ ਸਾਰਾ ਕੁਝ ਖਾਦਾ ਕੀ ਇੱਥੋਂ ਲੈ ਕੇ ਕੀ ਚੱਲੇ ਹੋ ਗੋਲਗੱਪੇ ਲੈ ਕੇ ਚੱਲੇ ਹੋ ਕੋਈ ਇੱਥੋਂ ਚੀਜ਼ ਟੋਇਜ਼ ਵਗੈਰਾ ਨਹੀਂ ਲਏ ਹੁਣੇ ਲਏ ਹੈ ਹੈਲੀਕਾਪਟਰ ਹੈਲੀਕਾਪਟਰ ਲਿਆ ਜੋ ਉੱਤੇ ਇੱਧਰ ਇੱਕ ਕੰਮ ਕਰਨਾ ਹੁਣ ਉੱਡ ਕੇ ਹੈਲੀਕਾਪਟਰ ਤੇ ਆ ਜਾਣਾ ਕਰਨਾ ਆਪਾਂ ਹੀ ਹੈਂ ਬਣ ਜਾਓ ਗੱਲ ਚਲੋ ਠੀਕ ਹੋ ਗਿਆ ਵੇ ਤੇ ਸੁਮੇਰ ਅੱਗੋਂ ਆਏਗਾ ਪਾਕਿਸਤਾਨ ਫਿਰ ਆਏਗਾ ਚਲੋ ਵਧੀਆ ਲਓ ਜੀ ਸਰਦਾਰ ਜੀ ਬਹੁਤ ਸ਼ੁਕਰੀਆ ਤੁਹਾਡਾ ਹੋਰ ਕੋਈ ਸਾਡੇ ਲਾਇਕ ਕੋਈ ਖਿਦਮਤ ਦੱਸੋ ਅਸੀਂ ਖਿਦਮਤ ਇਹ ਕਹਿੰਦੇ ਜਿਹੜਾ ਸੋਸ਼ਲ ਮੀਡੀਆ ਜਿਹੜਾ ਚੈਨਲ ਹੈ ਤੁਹਾਡਾ ਸੋਸ਼ਲ ਅਲਰਟ ਇਹ ਸੋਹਣੀ ਕਵਰਿੰਗ ਕਰ ਰਿਹਾ ਸਾਰੇ ਪਿਆਰ ਬਣਾ ਰਿਹਾ ਤੇ ਚੜ੍ਹਦੀ ਕਲਾ ਚ ਰਵੇ ਇਹੀ ਸਾਨੂੰ ਬਸ ਦੁਆ ਹੈ ਤੁਹਾਡੇ ਵਾਸਤੇ ਸਾਨੂੰ ਤੁਹਾਡੇ ਵਰਗੇ ਲੋਕ ਜਿਹੜੇ ਤੁਹਾਡੇ ਵਰਗੇ ਪਿਆਰ ਕਰਨ ਵਾਲੇ ਲੋਕ ਨੇ ਉਹਨਾਂ ਦੀ ਬਹੁਤ ਜ਼ਰੂਰਤ ਹੈ ਇੱਥੇ ਆਉਣ ਇੱਥੇ ਆ ਕੇ ਉਹਨਾਂ ਲੋਕਾਂ ਨੂੰ ਦੱਸਣ ਜਿਹੜੇ ਕਿ ਦਿਲਾਂ ਦੇ ਵਿੱਚ ਉੱਥੇ ਬਹਿ ਕੇ ਮੀਡੀਆ ਦੇ ਰਾਹੀਂ ਉਹਨਾਂ ਦੇ ਦਿਲਾਂ ਦੇ ਵਿੱਚ ਇੱਕ ਡਰ ਬਣਿਆ ਹੈ ਸਿਰਫ ਕੀ ਹੈ ਕਿ ਮੀਡੀਆ ਵੇਖਦੇ ਨੇ ਘਰੋਂ ਬਾਹਰ ਨਹੀਂ ਨਿਕਲਦੇ ਅਤੇ ਉਹ ਕਹਿੰਦੇ ਨੇ ਕਿ ਹਰੇ ਉਹ ਮੁਲਕ ਇੰਨਾ ਦਾ ਜਿਹੜੀ ਪਰਸੈਪਸ਼ਨ ਮੀਡੀਆ ਤੋਂ ਚੁੱਕਦੇ ਨੇ ਨਾ ਉਹ ਇੱਕ ਮੈਂ ਸਮਝਦਾ ਵਾਂ ਕਿ ਗਲਤ ਗੱਲ ਹੈ ਤੁਸੀਂ ਦੇਖੋ ਤੁਸੀਂ ਮੀਡੀਆ ਇੱਕ ਦਬਾਅ ਥੱਲੇ ਵੀ ਕੰਮ ਕਰਦਾ ਹੈ ਉਹ ਦਬਾਅ ਸਰਕਾਰਾਂ ਦਾ ਹੁੰਦਾ ਹੈ ਪਰ ਜਿਹੜਾ ਅਸੀਂ ਦੇਖੀਏ ਉਹ ਮੁਲਕਾਂ ਦਾ ਨਾਮ ਲਈਏ ਇੰਡੀਆ ਜਾਂ ਪਾਕਿਸਤਾਨ ਜਿਹੜਾ ਬਟਵਾਰਾ ਹੋਇਆ ਨਾ ਇੰਡੀਆ ਦਾ ਨਹੀਂ ਹੋਇਆ ਉਹ ਪੰਜਾਬ ਦਾ ਹੋਇਆ ਤੇ ਜਿਹੜਾ ਪਿਆਰ ਸਾਡਾ ਪੰਜਾਬੀਆਂ ਦਾ ਹੈ ਨਾ ਉਹ ਕਦੇ ਖਤਮ ਨਹੀਂ ਹੋ ਸਕਦਾ ਤੇ ਜਿਹੜੇ ਐਕਸਟ੍ਰੀਮ ਐਂਡ ਵਾਲੇ ਜਿਹੜੇ ਉਸ ਸਾਈਡ ਦੇ ਜਿਸ ਤਰ੍ਹਾਂ ਤੁਸੀਂ ਹੁਣ ਨੌਰਥ ਇੰਡੀਆ ਨੂੰ ਕ੍ਰੋਸ ਕਰਦੇ ਜਾਓਗੇ ਉੱਥੇ ਭਾਵੇਂ ਲੋਕਾਂ ਦੇ ਮਨਾਂ 'ਚ ਵਹਿਮ ਪਾ ਕੇ ਨਫ਼ਰਤ ਪੈਦਾ ਕਰ ਲਓ ਭਾਵੇਂ ਗਲਤ ਗੱਲਾਂ ਕਰਕੇ ਪਰ ਇਸ ਸਾਈਡ 'ਤੇ ਜਿਹੜਾ ਸਾਡਾ ਦਿੱਲੀ ਤੋਂ ਅੱਗੇ ਜਿੰਨੇ ਵੀ ਸਾਡੇ ਸਿੱਖ ਪਰਿਵਾਰ ਨੇ ਜਾਂ ਜਿਸ ਤਰ੍ਹਾਂ ਵੀ ਹੋਰ ਸਿੱਖਾਂ ਦੇ ਵਿੱਚ ਵੀ ਇੰਨਾ ਪਿਆਰ ਹੈ ਉਹਨਾਂ ਨੂੰ ਪਤਾ ਹੈਗਾ ਕਿ ਅਸੀਂ ਆਪਣੇ ਵਿੱਚੋਂ ਆਏ ਸੀਗੇ ਇਹ ਸਿਆਸੀ ਗੱਲਾਂ ਨਾਲ ਬਟਵਾਰਾ ਹੋਇਆ ਸੀਗਾ ਇਸ ਕਰਕੇ ਪੰਜਾਬ ਦਾ ਬਟਵਾਰਾ ਹੈ ਨਾ ਕਿ ਇੰਡੀਆ ਦਾ ਬਟਵਾਰਾ ਸੀ ਇਹ ਪੰਜਾਬ ਖਰਾਬ ਹੋਇਆ ਸੀ ਪੰਜਾਬ 'ਚ ਦੋ ਮੁਲਕ ਹੋਏ ਸੀਗੇ ਅਤੇ ਇਸ ਕਰਕੇ ਸਾਡਾ ਪਿਆਰ ਬਹੁਤ ਅੱਛਾ ਹੈ
ਅਸੀਂ ਹਮੇਸ਼ਾ ਖੁਸ਼ ਆਮਦੀ ਰੱਖਣਾ ਚਾਹਾਂਗੇ, ਅਸੀਂ ਖੁਸ਼ ਰੱਖਾਂਗੇ ਸਾਰਿਆਂ ਨੂੰ। ਆਓ ਤੁਸੀਂ ਵੀ ਇੰਡੀਆ ਆਓ, ਅਸੀਂ ਚਾਹਾਂਗੇ ਕਿ ਸਾਡਾ ਪਿਆਰ ਬਣਿਆ ਰਹੇ, ਦੋ ਹੱਦਾਂ ਸਾਡੀਆਂ ਖਤਮ ਹੋ ਜਾਣ ਸਾਡੀਆਂ। ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਬੜੇ ਹੀ ਪਿਆਰੇ ਲੋਕ ਜੋ, ਬੜੇ ਹੀ ਪਿਆਰ ਨਾਲ ਗੱਲਬਾਤ ਹੋਈ ਸਾਡੀ, ਅਤੇ ਅਸੀਂ ਤੁਹਾਡਾ ਲੱਖ ਵਾਰ ਸ਼ੁਕਰ ਕਰਨੇ ਕਿ ਤੁਸੀਂ ਇੱਥੇ ਪਹੁੰਚੇ, ਤੁਸੀਂ ਆਏ, ਇੰਨੇ ਸੋਹਣੇ ਅਲਫਾਜ਼ ਤੁਸੀਂ ਸਾਡੇ ਵਾਸਤੇ ਇਸਤੇਮਾਲ ਕੀਤੇ। ਤੁਸੀਂ ਅੱਗੋਂ ਵੀ ਆਉਂਦੇ ਰਹਿਣਾ, ਇਹ ਮੈਨੂੰ ਬੜਾ ਅੱਛਾ ਲੱਗਾ ਕਿ ਤੁਸੀਂ ਆਪਣੇ ਬੱਚਿਆਂ ਨਾਲ ਆਏ ਹੋ, ਕਿਉਂਕਿ ਆਮ ਤੌਰ 'ਤੇ ਲੋਕ ਆਪਣੇ ਬਾਲਾਂ ਨੂੰ ਭੇਜਦੇ ਨਹੀਂ ਹੈ ਜਾਂ ਆਪ ਨਹੀਂ ਨਾਲ ਲੈ ਕੇ ਆਉਂਦੇ ਕਿ ਬੱਚਿਆਂ ਦਾ ਫਿਊਚਰ ਨਾ ਖਰਾਬ ਹੋਵੇ। ਅਤੇ ਅਸੀਂ ਇਸ ਵਕਤ ਮੌਜੂਦ ਸੀ ਦਿੱਲੀ ਦਰਵਾਜ਼ੇ ਦੇ ਵਿੱਚ, ਸਾਡੇ ਨਾਲ ਸਰਦਾਰ ਵੀਰ ਜਿਹੜੇ ਕਿ ਇੰਡੀਆ ਤੋਂ ਆਏ ਸਨ, ਉਹਨਾਂ ਨੇ ਆਪਣੇ ਜਿਹੜੇ ਕਮੈਂਟਸ ਨੇ ਉਹ ਦਿੱਤੇ ਨੇ, ਅਤੇ ਮਿਲਦੇ ਹਾਂ ਅਗਲੇ ਪ੍ਰੋਗਰਾਮ 'ਤੇ। ਬਹੁਤ ਸ਼ੁਕਰੀਆ।